Hossein Mashhad, Ismail Karmansha, Amir Tabrez, Amiri Mukattab Tabrez, Head Coach Murtaza Shahidi, Manager Agha Majid Behrami, Official Muhammad Raza Qasmi, Tehran, and Hashim Zade Tabrez, Iran, Sadi Choda, Haram Ki. ਦੋਸਤੋ ਅਗਰ ਤੁਸੀਂ ਕਬੱਡੀ ਦੇ ਰੌਂਚਕ ਤੇ ਨਵੇਂ ਮੈਚਸ ਦੇਖਣਾ ਚਾਹੁੰਦੇ ਹੋ ਤੇ ਸਾਡਾ ਚੈਨਲ ਇੰਟਰਨੈਸ਼ਨਲ ਕਬੱਡੀ ਕਲੱਬ ਲਾਜ਼ਮੀ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਵਾਲੇ ਆਈਕਨ ਨੂੰ ਦਬਾ ਦਿਓ ਤਾਂ ਕਿ ਜਦੋਂ ਵੀ ਕੋਈ ਨਵਾਂ ਮੈਚ ਆਵੇ ਤੇ ਸਭ ਨਾਲੋਂ ਪਹਿਲੇ ਤੁਸੀਂ ਦੇਖ ਸਕੋ ਜੀ ਮੁਹੰਮਦ ਅਤਾ ਸਾਦਾ ਚਲੀ ਪਹਿਲੀ ਕਬੱਡੀ ਜੱਫ ਹੀ ਲੱਗਿਆ ਚੜ ਕੇ ਬਿਲਾਲ ਗਿੱਲ ਜੱਫ ਹੀ ਬਗਲਾ ਭਰੀਆ ਗੁੱਥਾ ਗੁੱਥਾ ਹੋ ਗਿਆ ਦੋਨੋਂ ਤੇ ਵੱਜ ਗਿਆ ਨਲਕਾਰਾ ਹੁਣ ਤਾਂ ਨੰਬਰ ਉਹਨੇ ਖਾਣਾ ਜਿਹੜਾ ਹਉ ਚਾਲ ਵਿੱਚ ਭਾਰਾ ਬਿਲਾਲ ਗਿੱਲ ਨੇ ਫੋਨ ਕਰਨ ਦੀ ਕੋਸ਼ਿਸ਼ ਕੀਤੀ ਅੰਪਾਇਰ ਸੁਲਤਾਨ ਸਿੰਘ ਦੇ ਨਿਸ਼ਾਨ ਦਾ ਇਸ਼ਾਰਾ ਤੇ ਪੁਆਇੰਟ ਰੇਡਰ ਦਾ
ਅਫਸ਼ੀਨ ਅਫਸ਼ੀਨ ਦੀ ਇਸ ਰੇਡ ਤੋਂ ਬਾਅਦ ਮੈਂ ਤੁਹਾਨੂੰ ਇੱਕ ਹੋਰ ਬੜਾ ਦਿਲਚਸਪ ਐਲਾਨ ਇਨਸ਼ਾਅੱਲਾ ਸੁਣਾਉਂਗਾ ਅਫਸ਼ੀਨ ਦੀ ਰੇਡ ਦਰਮਿਆਨ ਚੰਦ ਪਲੱਗ ਪਲੱਗ ਆਹ ਸੈਡੋ 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 ਦਾ ਪਲੱਗ ਸੈਡੋ ਹਾਏ 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 ਪਲੱਗ ਪਲੱਗ ਇਸ ਤੰਗ ਦਾ ਤਾਲੀਆਂ ਤਾਲੀਆਂ ਪਲੱਗ ਜ਼ਿੰਦਾਬਾਦ ਇਸਲਾਮਿਕ ਰਿਪਬਲਿਕ ਇਸਲਾਮ ਪਾਕਿਸਤਾਨ ਦੋਸਤੀ ਪਾਕ ਪਾਕ ਇਰਾਨ ਦੋਸਤੀ ਜ਼ਿੰਦਾਬਾਦ ਇਰਾਨੀਆਂ ਨੂੰ ਥੋੜ੍ਹੀ ਜਿਹੀ ਤਜਰਬੇ ਦੀ ਘਾਟ ਆ ਇਨਾਮ ਸਰਵਰ ਸਾਹਿਬ ਛੇ ਕੁ ਮਹੀਨੇ ਇੱਕ ਵਾਰੀ ਫਿਰ ਲਾਉਣੇ ਪੈਣੇ ਫਿਰ ਇਹ ਜ਼ਰਾ ਪੂਰਾ ਤਜਰਬਾ ਹੋਏਗਾ ਇਹਨਾਂ ਦੀ ਤਿਆਰ ਕੀਤੀ ਹੋਈ ਟੀਮ ਨੇ ਏਸ਼ੀਅਨ ਸਟਾਈਲ ਚੋਂ ਵਰਲਡ ਚੋਂ ਨੰਬਰ ਵਨ ਪੋਜੀਸ਼ਨ ਹਾਸਿਲ ਕੀਤੀ ਔਰ ਸਰਕਲ ਸਟਾਈਲ ਦੇ ਵਿੱਚੋਂ ਨੰਬਰ ਥ੍ਰੀ ਦੀ ਟੀਮ ਹੈ ਇਸ ਵੇਲੇ ਇਹ ਵਰਲਡ ਦੀ ਆਰ ਮੁਹੰਮਦ ਸਰਵਰ ਰਾਣਾ ਸਾਹਿਬ ਨੂੰ ਇਹ ਕ੍ਰੈਡਿਟ ਆ ਕਿ ਉਹ ਫਖਰ ਪਾਕਿਸਤਾਨ ਪ੍ਰਾਈਡ ਆਫ ਪ੍ਰੋਫੈਸ ਚੌਧਰੀ ਜਵੇਦ ਗੁਜਰ ਸਾਹਿਬ ਇੱਥੇ ਹੀ ਆ ਜਾਂਦੇ ਹਨ ਇਰਾਨ ਵਾਲਾ ਇਸਮੇ ਪਰਮੇ ਜੁੱਸੇ ਵਾਲਾ ਮੇਰੇ ਮਿੱਤਰੋ
ਇਸ ਨੂੰ ਬੰਦੇ ਬੰਦੇ ਕਰਾ ਰਹੇ ਹੈ। ਈਰਾਨ ਵਾਲੀਆਂ ਅੰਗਰੇਜ਼ਾਂ ਨਹੀਂ ਰੁਕਦੀਆਂ, ਈਰਾਨ ਵਾਲੇ ਨਹੀਂ ਰੁਕਦੇ। ਮਨਜੂਰ ਸੰਧੂ ਸਾਡੇ ਵੱਡੇ ਵੀਰ, ਬਾਸਰਾ ਮਾਨ ਸਨਮਾਨ ਸਾਡੇ ਦੀ ਪੰਜਾਬੀ ਬੋਲੀ ਦੇ ਵੀ ਆਇਆ, ਮੈਂ ਧੰਨਵਾਦ ਕਰਦਾ। ਉਂਗਲ ਪਾਕਿਸਤਾਨ ਵਾਲੇ ਵੀ ਹਵਾ ਦੇ ਵਿੱਚ ਖੜੀ ਕਰਦੇ ਹੈ, ਉਂਗਲ ਈਰਾਨ ਵਾਲਿਆਂ ਦੀ ਵੀ ਖੜੀ ਹੈ। ਅੱਜ ਜਿੱਤੂਗਾ ਕੌਣ, ਇਹ ਆਖਰੀ ਸਮੇਂ ਤੇ ਜਾ ਕੇ ਫੈਸਲੇ ਹੋ ਰਹੇ ਹੈ। ਲੋ ਈਰਾਨ ਵਾਲਾ ਫੇਰ ਆ ਗਿਆ ਮੇਰੇ ਮਿੱਤਰੋ, ਲੈ ਜੀ ਪਾਕਿਸਤਾਨ ਵਾਲਿਓ, ਜੇ ਮੈਚ ਜਿੱਤਣਾ ਹੈ ਤਾਂ ਈਰਾਨ ਵਾਲਿਆਂ ਨੂੰ ਰੋਕਣਾ ਪੈਣਾ ਹੈ, ਇਹਨਾਂ ਨੂੰ ਢਾਉਣਾ ਪੈਣਾ ਹੈ, ਇਹਨਾਂ ਦੇ ਰਾਹਾਂ ਦੇ ਵਿੱਚ ਖੜਨਾ ਪੈਣਾ ਹੈ, ਇਹਨਾਂ ਨੂੰ ਰੋਕਣਾ ਪੈਣਾ ਹੈ। ਈਰਾਨ ਵਾਲੇ ਵੀ ਕੁਝ ਬਣ ਕੇ ਆਏ ਹੈ। ਲਓ ਮੇਰੇ ਮਿੱਤਰੋ, ਸਮਾਂ ਟਿਕ ਟਿਕ ਕਰਕੇ ਜੀਣਾ ਜਾ ਰਿਹਾ। ਨੰਬਰ 85 ਦੇ ਹਿੱਸੇ ਹੈ, ਨੰਬਰ ਇਸਮੇ ਪਾਕਿਸਤਾਨ ਪੰਜਾਬ ਦੀ ਟੀਮ ਦੇ ਲਈ ਜੁੜਦਾ ਹੋਇਆ ਬੜਾ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ। ਅੱਧੇ ਸਮੇਂ ਦੀ ਖੇਡ ਇਸ ਰੇਡ ਤੋਂ ਬਾਅਦ ਜਿਹੜੀ ਸਮਾਪਤ ਹੋਣ ਜਾ ਰਹੀ ਹੈ। ਲਓ ਫਿਰ ਮੇਰੇ ਮਿੱਤਰੋ, ਇਸਨੇ ਪਹਿਲੀ ਰੇਡ ਤੇ ਨੰਬਰ ਪੰਜਾਬ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ, ਨੰਬਰ ਪਾਕਿਸਤਾਨ ਪੰਜਾਬ ਦੀ ਟੀਮ ਦੇ ਲਈ ਜਾ ਰਿਹਾ ਹੈ। ਈਰਾਨ ਵਾਲਾ ਗੱਭਰੂ ਇਸ ਵੇਲੇ ਫਿਰ ਕਬੱਡੀ ਪਾ ਰਿਹਾ ਹੈ, ਉੱਚਾ ਲੰਬਾ ਗੱਭਰੂ ਵਧਾ ਹੈ ਮੈਦਾਨ ਦੇ ਵਿੱਚ ਅੱਗੇ ਵੱਲ ਮੇਰੇ ਮਿੱਤਰੋ, ਪਹਿਲੀ ਰੇਡ ਲੱਗਿਆ ਜ਼ੋਰ, ਨੰਬਰ ਪੰਜਾਬ ਦੀ ਟੀਮ ਦੇ ਹਿੱਸੇ ਹੈ। ਕੁਝ ਗੋਲਾਂ ਦਾ, ਕੁਝ ਕੰਨਿਆਂ ਦਾ, ਰਾਂਝੇ ਬੇਲੇ ਹੀਰਾਂ ਦੇ, ਸਦਕੇ ਵਲੀਆਂ ਪੀਰਾਂ ਦੇ, ਸਾਡੀ ਰਾਹ ਚੋਂ ਲੀਕ ਮੁਕਾ ਦੇ, ਸਾਨੂੰ ਵਿਛੜੇ ਯਾਰ ਮਿਲਾ ਦੇ, ਭਾਵੇਂ ਇੱਕੋ ਵਾਰ ਮਿਲਾ ਦੇ, ਉਮਰਾਂ ਭਰ ਦੇ ਪਿਆਰ ਮਿਲਾ ਦੇ, ਸੌ ਤੈਨੂੰ ਦਰਿਆਵਾਂ ਦੀ, ਦੀਪਾ ਕੋਲੀ ਸਾਹਿਬ, ਸੌ ਤੈਨੂੰ ਦਰਿਆਵਾਂ ਦੀ, ਕਸਮ ਏ ਕਣਕ ਕਪਾਵਾਂ ਦੀ, ਜਿੰਦਾਬਾਦ। ਇੱਧਰ ਪੈਗੀ ਕਬੱਡੀ, ਨੌਜਵਾਨ ਅਬਦੁੱਲਾ ਅਸਲਮ ਕਬੱਡੀ ਕਬੱਡੀ ਲਾਭਦਾ ਹੋਇਆ ਇਸਲਾਮਿਕ ਰਿਪਬਲਿਕ ਆਫ ਈਰਾਨ ਦੀ ਕਰਦਾ ਪਿਆ ਨੁਮਾਇੰਦਗੀ, ਬੱਲੇ ਇਹ ਲੱਗੇਗਾ ਪਤਾ ਇੱਕ ਵਾਰੀ ਫਿਰ, ਫੈਜ਼ਾਨ ਸੈਂਡੋ ਕੁੱਤੀ ਕੰਨੀ ਤੇ ਬਲਾਲ ਅਸਲਮ ਗਿੱਲ, ਇਹ ਪਟਾਕੇ ਪੈਣ ਲੱਗੇ, ਸੈਂਡੋ ਨੇ ਚੱਕਿਆ, ਭਾਰਤ ਹੋਣਿਆ ਮਾਰੋ ਤਾੜੀਆਂ ਚਾਫੀ ਦੀਆਂ, ਇੱਥੇ ਚਾਫੀ ਮਾਰ ਦੋ, ਕਹਿੰਦੇ ਖੇਡਦਾ ਕਬੱਡੀ ਉੱਤੋਂ ਹੱਥ ਕਰੀ ਜਾਂਦਾ ਏ ਤੇ ਆਪਣੇ ਵਜੂਦ ਨਾਲੋਂ ਵੱਧ ਕਰੀ ਜਾਂਦਾ ਏ, ਆਪਣੇ ਵਜੂਦ ਤੋਂ ਤੱਕੀ ਖੇਡ, ਮਲਕ ਫਜ਼ਾਨ ਸੈਂਡੋ ਨੰਬਰ ਦਾ ਕੀਤਾ ਵਾਧਾ, ਕਬੱਡੀ ਕੌਣ ਪਾਏਗਾ ਜੀ, ਚੱਲ ਪਈ ਮੁਹੰਮਦ ਖਾਲਦ ਪੁੱਟਾ ਪੰਜਾਬ ਟੀਮ ਦੀ ਕਰਦਾ ਪੈ ਨੁਮਾਇੰਦਗੀ, ਤਾਹਰ ਵਹੀਦ ਜੱਟ ਦੀਆਂ ਮਿਹਨਤਾਂ, ਪੰਜਾਬੀ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਪੂਰੀ ਮਿਹਨਤ ਦੇ ਨਾਲ ਪੂਰੀ ਇਮਾਨਦਾਰੀ ਨਾਲ ਜੋੜੀ ਗਈ ਕਬੱਡੀ ਟੀਮ। ਅਗਲੇ ਬੰਦੇ ਚਾਰ ਚਾਫੀ, ਅਮੀਰ ਮੁਕੱਦਮ ਆ ਰੁਮਾਨ ਅਬਾਸੀ, ਚਾਰ ਨੰਬਰ ਦੀ ਕਿੱਟ ਹੈ, ਦੋ ਲੱਗਾ ਕਬੂਏ ਕਰੀ ਫੇਰ, ਇੱਕ ਵਾਰੀ ਹੁਸੈਨੀ ਨਾ ਹੋ ਜਾਏ ਟੱਕਰ, ਦੋ ਨੰਬਰ ਦੀ ਕਿੱਟ ਮੁੰਡੇ ਦੀ ਭੱਜਾ ਦੀ ਗੱਲ ਕੀਤੀ, ਨੰਬਰ ਇੱਕ ਵਾਰੀ ਫਿਰ ਅਲੀ ਰਜ਼ਾ ਦਾ, ਨੰਬਰ ਅਲੀ ਰਜ਼ਾ ਦਾ ਕਬੱਡੀ ਪਾਉਣ ਵਾਸਤੇ ਪੱਕਾ ਨਿਸ਼ੋ ਪਿੰਡਾ ਮੁੰਡੇ ਦਾ, ਲੁਸ ਲੁਸ ਕਰਦੀ ਜਵਾਨੀ, ਸਦਕੇ ਜਾਵਾਂ ਨੌਜਵਾਨ ਦੇ ਕਮਾਇਆ ਹੋਇਆ ਸਰੀਰ, ਉੱਧਰ ਚਾਰ ਚਾਫੀ ਪੰਜਾਬ ਦੇ ਬਿਲਕੁਲ ਤਿਆਰ ਬਰ ਤਿਆਰ, ਇੱਧਰ ਕੰਦਮੀ ਰੰਗ ਦਾ ਪੱਕੇ ਨਿਸ਼ੋ ਰੰਗ ਦਾ ਮੁੰਡਾ, ਕਬੱਡੀ 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 ਕਰਦਾ ਹੋਇਆ ਸੈਮ, ਇਹ ਵੇਖੋ ਟੱਚ ਕਿਹਨੂੰ ਮਾਰਦਾ ਹੈ, ਠੱਪੀ ਕਦੀਆਂ ਮੁੰਡਾ ਲੱਗਾ ਹੈ, ਰਾਹ ਮੰਨ ਵਾਲੇ ਮੁੰਡੇ ਨੇ ਗੱਲ ਕੀਤੀ, ਧੱਕੇ ਵੱਜਦੇ ਪਏ ਨੇ, ਕਹਿੰਦੇ ਸਿੱਧ ਕਰਦਾ ਏ ਨਾ ਨਹੀਂ ਸੁਣਦਾ, ਸੋਹਣਾ ਏ ਨਾ ਤਾਂ ਨਹੀਂ ਸੁਣਦਾ, ਸਭ ਨੂੰ ਚੱਲ ਪਈ ਸੋਹਣਿਆ ਪਾ ਕਬੱਡੀ, ਅਗਲੀ ਕਬੱਡੀ ਪਾਉਣ ਵਾਸਤੇ ਮੁੰਡਾ ਪੱਟਾਂ ਤੇ ਥਾਪੀਆਂ ਮਾਰਦਾ, 6 ਫੁੱਟ ਕੱਦ ਲਿਆ ਕੇ ਤੁਰ ਪਿਆ, 2 ਨੰਬਰ ਤੋਂ ਲੱਗਿਆ ਕਿ ਫਿਰ ਹੁਸੈਨ ਦੀ ਕੋਸ਼ਿਸ਼, ਰਾਹ ਮੰਨੇਗਾ ਮੁੰਡਾ ਪਰ ਕਬੱਡ ਰਹਾ ਹੈ, ਉਹੀ ਗੱਲ ਗਿਲਾਨੀ ਸਾਹਿਬ ਵਾਲੀ ਗੱਲ, ਟੈਕਨੀਕ ਦੀ ਥੋੜ੍ਹੀ ਕਮੀ ਆਉਂਦੀ ਹੈ, ਬਾਕੀ ਗੱਭਰੂਆਂ ਪਾਵਰ ਔਰ ਪੂਰੇ ਜਜ਼ਬੇ ਦੇ ਨਾਲ ਗੇਮ ਕਰਦੇ ਪਏ ਨੇ। ਅਗਲੀ ਕਬੱਡੀ ਪਾਉਣ ਵਾਸਤੇ ਅਗਲੀ ਫਿਰ ਨੌਜਵਾਨ ਕਬੱਡੀ ਦੇ ਉੱਪਰ, ਉੱਧਰ ਮੈਂ ਵੇਖਦਾ ਪਿਆ ਕਿ ਕਬੱਡੀ ਦੀ ਦੁਨੀਆ ਦਾ ਮਹਾਨ ਕਬੱਡੀ ਪਲੇਅਰ ਸਜਾਦ ਗੁੱਜਰ ਦੀ ਮੈਚ ਦਾ ਨਜ਼ਾਰਾ ਕਰਦਾ ਪਿਆ, ਯਾਸਿਰ ਭੱਟੀ ਸਾਹਿਬ ਵੀ ਚੱਸ ਲੈਣ ਦੇ ਨੇ, ਉੱਥੇ ਨਾ ਸਿੱਧਵਾ ਵੀ ਸਵਾਦ ਲੈਣ ਦਿਆ, ਸ਼ਰਾਰਾ ਕਿਤੇ ਵੀ ਖਲੋਤਾ ਹੋਇਆ, ਸਦਕੇ ਜਾਵਾ ਉਹ ਵੇਖੋ ਜਦੋਂ ਉਹ ਮੁਹੰਮਦ ਕਾਸ਼ ਪਿੰਡ ਰੇਕੇ ਸ਼ਾਹ ਮੁੰਡੇ ਦਾ, ਇਹ ਲੱਕ ਭਰ ਕੇ ਖਲੋ ਗਿਆ, ਇਹਦਾ ਲੱਕ ਦਿਵਾਲੇ ਬਾਹਾਂ ਫਿਰ ਔਖੀਆਂ ਹੋ ਗਈਆਂ ਰਾਵਾਂ ਪਰ, ਨੰਬਰ ਨੰਬਰ ਈਰਾਨ ਦਾ, ਨੰਬਰ ਕਬੱਡਰ ਦਾ, ਨੰਬਰ ਕਬੱਡਰ ਦਾ।
ਚੱਲ ਪਈ ਸੋਹਣਿਆ ਪਾ ਕਬੱਡੀ ਮੁਹੰਮਦ ਖਾਲਦ ਪੁੱਟਾ ਅਗਲੀ ਕਬੱਡੀ ਪਾਉਣ ਵਾਸਤੇ ਕਬੱਡੀ ਕਬੱਡੀ ਲਾਪਤਾ ਹੋਇਆ ਨੌਜਵਾਨ ਚੌਹਾਂ ਦੇ ਨਾਲ ਮੱਥਾ ਲਾਉਣ ਵਾਸਤੇ ਚਾਰ ਇਰਾਨੀ ਸ਼ੇਰ ਅੱਗੇ ਲੱਗੇ ਹੋਏ ਨੇ ਰੈਫਰੀ ਸਾਹਿਬ ਦਾ ਇਸ਼ਾਰਾ ਟੱਚ ਹੋ ਚੁੱਕਾ ਹੈ ਨੰਬਰ ਵੱਡੇ ਦਾ ਨੰਬਰ ਲੈ ਜੀ ਕਬੱਡੀ ਦਾ ਚਾਕਲੇਟ ਕਬੱਡੀ ਪਲੇਅਰ ਰੰਗੀਨ ਕਬੱਡੀ ਪਲੇਅਰ ਅਬਦੁੱਲਾ ਹੁਸੈਨੀ ਕਬੱਡੀ ਦੇ ਉੱਪਰ ਤਾੜੀਆਂ ਮਾਰੇ ਸਿਲੰਡਰ ਦੀਆਂ ਕਈ ਦਿਲ ਖੋੜ ਕੇ ਚੱਲ ਪਏ ਨੌਜਵਾਨ ਦਾ ਪਾ ਕਬੱਡੀ ਪੋਲੇ ਪੋਲੇ ਪੱਬ ਧਰਦਾ ਹੈ ਨੌਜਵਾਨ ਪੂਰਾ ਕਮਾਇਆ ਹੋਇਆ ਸਰੀਰ ਥੱਪੇ ਥੱਪੇ ਦਾ ਪੱਟ ਤੇ ਪੱਟਾਂ ਦੇ ਨਾਲ ਪੱਟ ਨੇ ਫੀਤੇ ਟੌਲੀਆਂ ਨੂੰ ਜਦ ਹੱਥ ਨਹੀਂ ਪੀਂਦੇ ਸਦਕੇ ਜਾਵਾਂ ਨੌਜਵਾਨਾਂ ਪਾਹਾਂ ਕਬੱਡੀ ਉਧਰ ਪਦਾਰਸ ਨਮਕੇਲ ਉਧਰ ਮੈਂ ਵੇਂਦਾ ਪਿਆ ਮੁੰਡੇ ਨੇ ਦਲੇਰੀ ਕੀਤੀ ਹੈ ਇਹ ਬਦਲਣਗੇ ਧੱਕੇ ਧੌਲਾ ਧੱਫੇ ਖੱਬੇ ਸੱਜੇ ਉੱਤੇ ਥੱਲੇ ਇਹ ਗੁੱਟ ਫੜਿਆ ਹੁੰਦੇ ਨੇ ਆਏ ਥੋੜ ਮਜੇ ਡੌਟ ਟੱਚ ਵੀ ਹੁਣ ਬਦਲੀ ਮਾਰੇਗਾ ਮਾਰੇਗਾ ਗੱਡੀ ਪਾ ਸੀ ਉਹਨੂੰ ਮੇਰੀ ਸਮਝ ਨਹੀਂ ਆਉਂਦੀ ਜੋ ਨੇ ਮਾਰ ਦੇਣੀ ਫਾਰਸੀ ਮੈਨੂੰ ਨਹੀਂ ਆਉਂਦੀ ਪੰਜਾਬੀ ਮੈਨੂੰ ਨਹੀਂ ਆਉਂਦੀ ਸਦਕੇ ਚੱਲ ਵੀ ਸੋਹਣਿਆ ਪਾ ਕਬੱਡੀ ਅਗਲੀ ਕਬੱਡੀ ਦੇ ਉੱਪਰ ਇੱਕ ਵਾਰੀ ਫਿਰ ਨੌਜਵਾਨ ਕਬੱਡੀ 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 ਕਰਦਾ ਮੇਰਾ ਸਾਥੀ ਕਮੈਂਟੇਟਰ ਮੇਰੇ ਕਮੈਂਟਰੀ ਪੈਨ ਦਾ ਹਿੱਸਾ ਬਣਿਆ ਮੇਰੇ ਹਮਸਾਇਆ ਮੁਲਕ ਦੇ ਵਿੱਚੋਂ ਗੁਰਸੇਵ ਮੇਰਾ ਵੀਰ ਇਹ ਵੀ ਤੁਹਾਡਾ ਆਪਣੇ ਵਿਚਾਰ ਸਾਂਝੇ ਕਰਦਾ ਪਿਆ ਬਰਾਬਰ ਹਫਜ਼ ਅਮਜਦ ਸਾਹਿਬ ਵੀ ਤੁਹਾਡਾ ਆਪਣੇ ਵਿਚਾਰ ਸਾਂਝੇ ਕਰਨਗੇ ਉੱਧਰ ਆਪਾਂ ਜਹਾਜ਼ ਯਾਦ ਨਹੀਂ ਕਰਦੇ ਮੁੰਡਾ ਹੈ ਚੱਲ ਵੀ ਸੋਹਣਿਆ ਪਾ ਕਬੱਡੀ ਅਗਲੀ ਕਬੱਡੀ ਪਾਉਣ ਵਾਸਤੇ ਤੈਨੂੰ ਭਾਵੇਂ ਸਮਝ ਆਵੇ ਨਾ ਆਵੇ ਤੇਰੇ ਤੇ ਪੰਜਾਬੀ ਸ਼ੇਰ ਹੈ ਤੇ ਦਿਲ ਨੂੰ ਸੋਚ ਵਿਚਾਰ ਬੜੇ ਨੇ ਪਿਆਰ ਦੇ ਵਿੱਚ ਹਜ਼ਾਰ ਬੜੇ ਨੇ ਕਿਧਰੇ ਧੋਖਾ ਦੇ ਨਾ ਜਾਵੀ ਤੇਰੇ ਤੇ ਇਤਬਾਰ ਬੜੇ ਨੇ ਅਤੇ ਮੁਸ਼ਕਲ ਪਈ ਤੇ ਖੁੱਲੀਆਂ ਅੱਖਾਂ ਐਵੇਂ ਭੁੱਜ ਸੀ ਯਾਰ ਬੜੇ ਨੇ ਬਲਾਦ ਅਸਲਮ ਗਿੱਲ ਬੱਲੇ ਬੱਲੇ ਧੱਕੇ ਵੱਜਦੇ ਆਏ ਆਏ ਧੱਕੇ ਮਾਰਦੇ ਜਾਈ ਦੇ ਬਲਟਾਏ ਨੰਬਰ ਕਪੱਟਰ ਦਾ ਗੱਲਾਂ ਮੇਰਾ ਵੀਰਾ ਕਰੇਗਾ ਮੈਚਪੁਰ ਜੋਟੀ ਦਾ ਦੋਨੋਂ ਟੀਮਾਂ ਦੇ ਖਿਡਾਰੀਆਂ ਦੇ ਇਸ ਸਮੇਂ ਵਿਚਕਾਰ ਖੇਡਿਆ ਜਾ ਰਿਹਾ 26-34 ਦਾ ਫਾਸਲਾ 8 ਨੰਬਰਾਂ ਦੀ ਲੀਡ ਜਿਹੜੀ ਪਾਕਿਸਤਾਨ ਪੰਜਾਬ ਦੇ ਖਿਡਾਰੀਆਂ ਨੇ ਬਣਾਈ ਹੈ ਪਾਕਿਸਤਾਨ ਪੰਜਾਬ ਦੇ ਖਿਡਾਰੀ ਤੇ ਇਰਾਨ ਦੀਆਂ ਟੀਮਾਂ ਦੇ ਦਰਮਿਆਨ ਇਸ ਵੇਲੇ ਬੜੇ ਵਧੀਆ ਮੈਚ ਦੀ ਖੇਡ ਜਿਹੜੀ ਖੇਡੀ ਜਾ ਰਹੀ ਹੈ ਲੋਕ ਇਸ ਇਰਾਨ ਵਾਲੇ ਕਪੜੂ ਦੀ ਰੇਲ ਤੇ ਚਾਰ ਪੰਜਾਬ ਵਾਲੇ ਮੁਕਾਬਲਾ ਕਰਦੇ ਆ ਮੇਰੇ ਮਿੱਤਰੋ ਇਸ ਵੇਲੇ ਨੰਬਰ ਜਿਹੜਾ ਇਰਾਨ ਦੀ ਟੀਮ ਦੇ ਹਿੱਸੇ ਵਿੱਚ ਜੁੜਦਾ ਹੋਇਆ ਬੜਾ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਇਹ ਸਾਡੇ ਬੋਲਾਂ 'ਚ ਗਰਜ ਸਾਡੇ ਪੈਰਾਂ 'ਚ ਤੂਫਾਨ ਜਿਹਨੂੰ ਆਖ ਦਈਏ ਯਾਰ ਤੋਂ ਪਾਰ ਦਈਏ ਜਾਨ ਧਰਤੀ ਦੀ ਹਿੱਕ 'ਚੋਂ ਫੁੱਟਣ ਚਸਮੇ ਜਦ ਵੱਜਣ ਹੱਡੀਆਂ ਚੋਪਰਾਂ ਦੇ ਪੱਟਾਂ ਵਿੱਚ ਪੈਣ ਛੱਲੀਆਂ ਉਹ ਪੈਂਦੀਆਂ ਕਬੱਡੀਆਂ ਚੋਪਰਾਂ ਦੇ ਪੱਟਾਂ ਵਿੱਚ ਪੈਣ ਛੱਲੀਆਂ ਪੈਂਦੀਆਂ ਕਬੱਡੀਆਂ ਪਾਕਿਸਤਾਨ ਵਾਲੀ ਨਾਲ ਲੱਗਿਆ ਜ਼ੋਰ ਇਰਾਨ ਵਾਲਾ ਇਸ ਵੇਲੇ ਕਮਾਲ ਕਰਦਾ ਹੋਇਆ ਸਮਾਂ ਬੀਤਦਾ ਜਾ ਰਿਹਾ ਮਾਂ ਉਹ ਕਬੂਲਾਂ ਤਾੜੀਆਂ ਮਾਰਦੇ ਇੱਕ ਵਾਰੀ ਮੇਰੇ ਮਿੱਤਰੋ ਇਹ ਬੱਲੇ ਬੱਲੇ ਹੁੰਦੀ ਨਹੀਂ ਕਰਾਉਣੀ ਪੈਂਦੀ ਹੈ ਚੜ੍ਹਦੀ ਨਹੀਂ ਟੁੱਟੀ ਹੈ ਚੜ੍ਹਾਉਣੀ ਪੈਂਦੀ ਹੈ ਟਿੱਕਦੀ ਨਹੀਂ ਦੁਨੀਆ ਟਟੋਣੀ ਪੈਂਦੀ ਹੈ ਸਾਹਮੇ ਜੀ ਸਾਹਮੇ ਜਰਾ ਲਓ ਜੀ ਬਹੁਤ ਮਿਹਰਬਾਨੀ ਗੁਰਸੇਵ ਭਾਅ ਜੀ ਜਿਹਨੇ ਬਹੁਤ ਖੜਕੀਆਂ ਗੱਲਾਂ ਤੇ ਦਿਲਾਂ 'ਚ ਰਾਜ ਕਰਨ ਵਾਲੀਆਂ ਗੱਲਾਂ ਗੁਰਸੇਵ ਭਾਅ ਜੀ ਨੇ ਸਾਡੇ ਨਾਲ ਸ਼ੇਅਰ ਕੀਤੀਆਂ ਬਹੁਤ ਮਿਹਰਬਾਨੀ ਜੀ ਵਧਾਈਆਂ ਇੰਡੀਆ ਤੋਂ ਟੀਮ ਨੂੰ ਵਧਾਈਆਂ ਜੀ ਲੱਗ ਵਧਾਈਆਂ ਤੇ ਦਰਸ਼ਕ ਵੀਰਾਂ ਨੂੰ ਖਿੜੇ ਮੱਥੇ ਚੀਅਰ ਕਰਨੇ ਬਹੁਤ ਮਿਹਰਬਾਨੀ ਲਓ ਜੀ ਮੈਚ ਇਸ ਟਾਈਮ ਇੰਡੀਆ ਪਾਕ ਮੁਕਾਬਲਾ ਪੰਜਾਬ ਦੋਨਾਂ ਟੀਮਾਂ ਦੇ ਦਰਮਿਆਨ ਕਾਂਟੇਦਾਰ ਮੁਕਾਬਲਾ ਜੀ ਦੋਵੇਂ ਪਾਸੇ ਬੜਾ ਸੋਹਣਾ ਇਹ ਨੌਜਵਾਨ ਨੇ ਫੁੱਟ ਫੜਨ ਦੀ ਕੋਸ਼ਿਸ਼ ਕੀਤੀ ਹੈ ਕਿ ਗਿੱਧੇ ਵਿੱਚ ਨੱਚਣ ਦੀ ਫੜੀ ਮੇਰੀ ਬਾਂਹ ਹਾਂ ਮੇਰੀ ਖੜੇ ਅੱਜ ਵੀ ਸਾਂ ਸਾਂ ਦੱਸ ਨਹੀਂ ਇਹ ਭਾਬੀ ਇਹ ਮੁੰਡਾ ਕਿਹੜੇ ਪਿੰਡ ਦਾ ਲਓ ਜੀ ਅਗਲੀ ਕਬੱਡੀ ਅੱਲਾ ਤੋਬਾ ਕੀਤੀ ਰੱਬ ਸਣਮ ਕੀਤਾ ਯਾਰ ਤੇ ਨੌਜਵਾਨ ਖੇਡ ਮੈਦਾਨ ਦੇ ਅੰਦਰ ਸਾਹਮਣੇ ਚਾਰ ਮਾਵਾਂ ਦੇ ਵਲੀ ਪੁੱਤਰ ਇਰਾਨ ਦੀ ਧਰਤੀ ਦੇ ਚਾਰ ਸੂਰਮੇ ਖੂਨਖਾਰ ਜਾਤੀ ਖੜੇ ਆ ਕਿਹੜਾ ਨੌਜਵਾਨ ਵੱਧ ਕੇ ਡੱਕਣ ਦੀ ਕੋਸ਼ਿਸ਼ ਕਰਦਾ ਹੈ ਲੱਕ ਦੁਆਲੇ ਬਾਹਾਂ ਔਖੀਆਂ ਕਰਦੀਆਂ ਰਾਹਾਂ ਓਏ ਕਬੱਡੀ ਦੀ ਤਾੜੀ ਮਾਰਦੇ ਤਾੜੀ ਮਾਰਦੇ ਆਲੇ ਦੁਆਲੇ ਜ਼ਿੰਦਾਬਾਦ ਜੀ ਨੰਬਰ ਮੈਨੂੰ ਮਿਲਿਓ ਜਾ ਫੈਨ ਦੇ ਖਾਤੇ ਨੰਬਰ ਜਾ ਫੈਨ ਦੇ ਖਾਤੇ ਹੋ ਗਿਆ ਅਗਲੀ ਕਬੱਡੀ ਫੇਰ ਅਗਲੀ ਕਬੱਡੀ ਪਾਉਣ ਵਾਸਤੇ ਚਿੱਟਾ ਨਸ਼ੋਰ ਪਿੰਡਾ ਲੁਸ ਲੁਸ ਕਰਦਾ ਪਿੰਡਾ ਮੱਖਣ ਦਾ ਪੇੜਾ ਨੌਜਵਾਨ ਕਬੱਡੀ ਦੇ ਉੱਪਰ ਸਾਹਮਣੇ ਇਹ ਬਲਾਲ ਗਿੱਲ ਮੇਰੇ ਵੀਰੇ ਪੰਜਾਬ ਦਾ ਮੰਨਿਆ ਤਰ ਮੰਨਿਆ ਇਹ ਬੱਬਰ ਸ਼ੇਰ ਜਾਫੀ ਉਹਦੇ ਨਾਲ ਖੇਡ ਦੇ ਮੈਚਾਂ ਦਾ ਹੀਰੋ ਲਓ ਜੀ ਬਲਾਲ ਗਿੱਲ ਨਾਗਾ ਦੀ ਧਰਤੀ ਬੱਲੇ 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 ਰੈਫੀ ਦੀ ਕੜੀ ਕੜੇ ਟਕ 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 ਨੰਬਰ ਵੇਖਣਾ ਪਏਗਾ ਨੰਬਰ ਫਿਸਲ ਵੱਜੇਗੀ ਜਨਾਬ ਫਜ਼ਲੇ ਹਕ ਗੁਜਰ ਇੰਟਰਨੈਸ਼ਨਲ ਕਬੱਡੀ ਦਾ
ਤੇ ਕਿੱਧਰ ਭਾਈ ਫਜ਼ਲਿਆ ਨੂੰ ਇਸ਼ਾਰਾ ਕਰਦੇ ਪਰ ਇਹ ਨੰਬਰ ਜਾਂ ਉਹਨਾਂ ਦੇ ਖਾਤੇ ਹੁੰਦਾ ਲਓ ਜੀ ਹੁਣੇ ਤੁਹਾਡੇ ਸਾਹਮਣੇ ਇੰਡੀਆ ਪੰਜਾਬ ਦੀ ਟੀਮ ਗਰਾਊਂਡ ਦੇ ਵਿੱਚ ਹੋਏਗੀ ਥੋੜਾ ਫਾਰਮ ਅਪ ਕਰੇਗੀ ਖਿਡਾਰੀਆਂ ਦਾ ਤਾਰਫ ਹੋਏਗਾ ਔਰ ਇਹ ਟੀਮ ਕੱਲ ਪਾਕ ਪੰਜਾਬ ਦੀ ਟੀਮ ਨਾਲ ਟਕਰਾਏਗੀ ਇੰਡੀਆ ਦੀ ਟੀਮ ਦਾ ਥੋੜਾ ਤਾਰਫ ਇਸ ਵਕਫੇ ਦੇ ਵਿੱਚ ਹੋਏਗਾ ਜਦੋਂ ਮਿਸਟਰ ਬਾਦਸ਼ਾਹ ਗੁਲ ਸਾਹਿਬ ਡਾਇਰੈਕਟਰ ਟੈਕਨੀਕਲ ਟੂਰਨਾਮੈਂਟ ਨੂੰ ਦੱਸਣਗੇ ਉਸੇ ਵੇਲੇ ਪੰਜਾਬ ਇੰਡੀਆ ਦੀ ਟੀਮ ਅੱਛਾ ਥੋੜਾ ਬਾਅਦ ਆਪ ਕਰਾਂਗੇ ਅੱਛਾ ਲਓ ਜੀ ਆਪਾਂ ਜੀ ਹਰ ਫੁੱਲ ਨੂੰ ਨਸਲ ਤੇ ਨਾਜ਼ ਹੁੰਦਾ ਹੁੰਦੀ ਗੁਲਸ਼ਨ ਦੇ ਸਿਰ ਗੁਲਾਬ ਦੀ ਪੱਕ ਜਿਹੜੇ ਪੂਰੀਆਂ ਚੁੰਮ ਜਵਾਨ ਹੋਵਣ ਸਜਦੀ ਉਹਨਾਂ ਦੇ ਸਿਰ ਸਮਾਪ ਦੀ ਪੱਕ ਮੇਰੇ ਅੱਕੀ ਤੇ ਭੋਲੂ ਕਵਾਚ ਗਏ ਨੇ ਕਿੰਨੂ ਬੰਨਾ ਮੈਂ ਰਾਵੀ ਚਨਾਬ ਦੀ ਪੱਕ ਸਾਕੀ ਦੇਸ਼ ਦੇ ਖਾੜੇ ਵੀਰਾਨ ਹੋ ਗਏ ਕਿਤੇ ਸਿਰ ਤੇ ਤਰ੍ਹਾਂ ਪੰਜਾਬ ਦੀ ਪੱਗ ਮਲਕ ਯਾਸੀਨ ਦੇ ਪੁੱਤਰ ਨੇ ਬੜੀ ਦੇਰ ਤੱਕ ਜੱਫਾ ਕੀਤੀ ਰੱਖਿਆ ਪਰ ਆਖਰੀ ਪੱਲਾਂ ਦੇ ਵਿੱਚ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ ਲੋ ਪੰਜਾਬ ਦੀ ਟੀਮ ਦੇ ਵੱਲੋਂ ਅੱਗੇ ਵੱਲ ਵੱਧ ਕੇ ਟੱਚ ਮਾਰਿਆ ਦੋ ਨੰਬਰ ਦਾ ਖਿਡਾਰੀ ਦੋ ਨੰਬਰ ਦੀ ਸ਼ਰਟ ਪਹਿਣੀ ਹੋਈ ਔਰ ਪੁਆਇੰਟ ਪੰਜਾਬ ਦੀ ਟੀਮ ਦੇ ਹਿੱਸੇ ਚੱਲ ਰਹੇ ਨੌਜਵਾਨ ਨੇ ਪਾ ਕਬੱਡੀ ਅਗਲੀ ਕਬੱਡੀ ਕਿ ਅਸੀਂ ਕਦੇ ਨਹੀਂ ਕਿਸੇ ਤੋਂ ਖੰਭ ਖਾਂਦੇ ਬੜੇ ਚੱਜ ਨੇ ਸਾਨੂੰ ਭਲਵਾਨੀਆਂ ਦੇ ਅਸੀਂ ਪਿੰਡ ਵਿੱਚ ਪੁੱਤਰ ਤੇ ਗੱਜ ਨੇ ਆ ਸਾਡੇ ਡੰਡਾ ਚ ਜ਼ੋਰ ਜਵਾਨੀਆਂ ਦੇ ਅਗਲੇ ਵਾਰ ਤੇ ਮੇਰੇ ਨੌਜਵਾਨ ਚੱਲ ਬਈ ਸੋਹਣਿਆ ਪਾ ਕਬੱਡੀ ਇਰਾਨ ਦੀ ਟੀਮ ਦਾ ਖਿਡਾਰੀ ਲੋ ਪਗਲਾ ਜੇ ਪਗਲਾ ਕਹਿੰਦੇ ਹੁਣ ਤੱਕ ਬਲਾਲ ਗਿੱਲ ਨੇ ਬੜੇ ਜੱਪੇ ਕੀਤੇ ਨੇ ਔਰ ਪੰਜਾਬ ਦੀ ਟੀਮ ਨੂੰ ਜਿੱਤ ਹਾਸਲ ਕਰਨ ਦੇ ਵਿੱਚ ਲਾਓ ਅਗਲੀ ਕਬੱਡੀ ਫਿਰ ਵੇਖਣਿਆ ਨੌਜਵਾਨ ਦੀ ਰੇਡ ਕਹਿੰਦੇ ਖਾਲਦ ਭੁੱਟਾ ਚੱਲ ਬਈ ਨੌਜਵਾਨ ਖਾਲਦ ਭੁੱਟੇ ਦੀ ਪਈ ਕਬੱਡੀ ਜੋੜੀ ਜਵੇਦ ਗੁਜਰ ਸਾਹਿਬ ਬਿਲਕੁਲ ਲਾਭਾ ਦੇਖ ਰਹੇ ਨੇ ਇਸ ਕਬੱਡੀ ਦੇ ਨਜ਼ਾਰੇ ਨੂੰ ਲਓ ਜੀ ਸਾਹਮਣੇ ਦੇਖਣਾ ਪੈਣਾ ਰਾਵੀ ਲੱਤ ਫੜਨ ਦੀ ਕੋਸ਼ਿਸ਼ ਕੀਤੀ ਪਰ ਭੁੱਟਾ ਕਹਿੰਦੇ ਹਲਕਾ ਜਿਹਾ ਚਿਹਰੇ ਦੇ ਉੱਪਰ ਹਾਸਾ ਰੱਖਿਆ ਔਰ ਪੁਆਇੰਟ ਪੰਜਾਬ ਦੀ ਟੀਮ ਦੇ ਹਿੱਸੇ ਲਓ ਜੀ ਭਰਵੇਂ ਸਰੀਰ ਦਾ ਇਹ ਨੌਜਵਾਨ ਜ਼ਿੰਦਾਬਾਦ ਜੀ ਪਿਛਲੀ ਸਾਈਡ ਤੋਂ ਮਲਕ ਯਾਸੀਨ ਸਾਹਿਬ ਇਹਨਾਂ ਜਵਾਨਾਂ ਦੀ ਹੌਸਲਾ ਅਫਜ਼ਾਈ ਕਰ ਰਹੇ ਨੇ ਮਿਹਰਬਾਨੀ ਸ਼ੁਕਰੀਆ ਜਨਾਬ ਮਲਕ ਯਾਸੀਨ ਸਾਹਿਬ ਉਧਰਲੇ ਪਾਸੇ ਰਾਵੀ ਹਲਕਾ ਜਿਹਾ ਇਹਨੇ ਨੱਚਦਾ ਵੀ ਹੈ ਮੁੰਡਾ ਔਰ ਐਨਐਲਸੀ ਟਰਾਲਾ ਸੁਜ਼ੂਕੀ ਕਲਟਸ ਹਾਂਜੀ ਲੈ ਗਿਆ ਜੀ ਵੱਡੇ ਸਰੀਰ ਦਾ ਨੌਜਵਾਨ ਸਾਹਮਣੇ ਦੀਪ ਸਾਹਿਬ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਜੀ ਜੀ ਜਨਰਲ ਸੈਕਟਰੀ ਬੈਸਕੋ ਸਪੋਰਟ ਜਨਾਬ ਅਤਰ ਯੂਬ ਸਾਹਿਬ ਇੰਤਹਾਈ ਸ਼ੁਕਰੀਆ ਮਿਹਰਬਾਨੀ ਉਹ ਵੀ ਸਾਡੇ ਸਟੇਜ ਦੀ ਜ਼ੀਰਤ ਨੇ ਅਦਨਾਨ ਜੱਜਾ ਸਾਹਿਬ ਕਮਾਂਡਰ ਦਾ ਨਾਂ ਅਲੀ ਉੱਚਾ 73 ਕਹਿੰਦੇ ਸਾਈਵਾਲ ਦੀ ਧਰਤੀ ਹੈ ਅਰਸ਼ਦ ਦਾ ਛੋਟਾ ਵੀਰ ਪੁਆਇੰਟ ਕਲੀਅਰ ਕੀਤਾ ਔਰ ਪੰਜਾਬ ਦੀ ਟੀਮ ਦੇ ਵਾਸਤੇ ਇੱਕ ਨੰਬਰ ਦਾ ਵਾਅਦਾ ਕੀਤਾ ਚੱਲ ਬਈ ਸੋਹਣਿਆ ਅਗਲੀ ਕਬੱਡੀ ਫਿਰ ਵੇਖਣਿਆ ਜੀ ਕੌਡੀ ਅੱਜ ਦੀ ਖੇਡ ਨਹੀਂ ਫੈਲੀ ਹੋਏ ਇਹ ਤਾਂ ਮੁੱਢ ਕਦੀਮ ਦੀ ਖੇਡ ਹੈਗੀ ਲੋਕ ਖੇਡਾਂ ਦੇ ਸਿਰ ਦੀ ਤਾਜ ਨਾਲੇ ਧਰਤੀ ਮਾਂ ਕਦੀਮ ਦੀ ਖੇਡ ਹੈਗੀ ਸੋਸ਼ਲ ਮੀਡੀਆ ਦੇ ਸਾਡੇ ਵੀਰ ਜਿੱਥੋਂ ਜਿੱਥੋਂ ਵੀ ਆ ਕੇ ਇਸ ਟੂਰਨਾਮੈਂਟ ਨੂੰ ਲਾਈਵ ਕਵਰੇਜ ਦੇ ਰਹੇ ਨੇ ਇੰਤਹਾਈ ਸ਼ੁਕਰੀਆ ਮਿਹਰਬਾਨੀ ਬਦਲਿਆ ਗੁੱਜਰ ਦਾ ਇਸ਼ਾਰਾ ਕਿ ਪੁਆਇੰਟ ਜਾਪੀ ਦਾ ਜੀ ਜੀ ਐਮ ਟੈਕਨੀਕਲ ਜਨਾਬ ਮੁਹੰਮਦ ਅਲੀ ਡੋਗਰ ਸਾਹਿਬ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਅਦਨਾਨ ਚੱਚਾ ਸਾਹਿਬ ਸਾਡੇ ਸਾਰੇ ਮਹਿਮਾਨਾਂ ਦਾ ਅਸੀਂ ਇੰਤਹਾਈ ਸ਼ੁਕਰੀਆ ਅਦਾ ਕਰਦੇ ਹਾਂ ਲਓ ਜੀ ਅਗਲੀ ਕਬੱਡੀ ਫਿਰ ਜੀ ਆਓ ਜੀ ਅਬਦੁਲ ਵਹੀਦ ਦਾ ਜੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਇੱਕ ਵਾਰੀ ਫਿਰ ਆਰਾਮ ਦਾ ਨੌਜਵਾਨ ਭਾਰੇ ਜਿਸੇ ਵਾਲਾ ਗੱਭਰੂ ਖੱਬੇ ਖੱਬੇ ਦੇ ਪਾਟਾ ਬਬਰ ਸ਼ੇਰ ਦੇ ਔਰ ਚਾਰ ਜਾਫੀਆਂ ਦੇ ਵਿੱਚ ਫਿਰ ਕੇ ਕਬੱਡੀ ਪਾਉਂਦਾ ਪੂਰੇ ਪਾਕਿਸਤਾਨ ਪੰਜਾਬ ਦੇ ਚਾਰ ਜਾਫੀ ਜਿਹਦੇ ਵਿੱਚ ਇਸ ਵੇਲੇ ਖਜ਼ਾਨ ਸੰਡੋ ਔਰ ਚਾਂਦੀ ਚੱਟ ਨਾਲ ਮੁਕਾਬਲਾ ਹੋਇਆ ਮੁੰਡੇ ਨੇ ਗੁੱਟ ਫੜ ਕੇ ਕੈਂਚੀ ਪਾਈਆ ਕਹਿੰਦਾ ਫੜ ਲਾ ਮੇਰਾ ਗੁੱਟ ਮੇਰੀ ਉਮਰ ਨੇ ਆਣੀ ਆ ਮੈਂ ਸੁਣਿਆ ਸਾਡੇ ਏਰੀਆ ਵਿੱਚ ਵੀ ਸੁਣਿਆ ਕਈ ਹਾਰ ਤੇ ਹਾਣੀ ਆ ਗਾਵੀ ਤਕਲੀਨ ਖੋਸ਼ਣ ਇੱਕਣਾ ਜ਼ੋਰਦਾਰ ਤਾੜੀ ਮਾਰ ਦੋ ਦੋਨਾਂ ਟੀਮਾਂ ਦੇ ਵਾਸਤੇ ਚਾਲ ਵੀ ਪਾ ਖਾਂਦ ਘੁੱਟਿਆ ਕਬੱਡੀ ਪੂਰੇ ਇਰਾਨ ਦੇ ਚਾਰ ਜਾਫੀ ਇਸ ਵੇਲੇ ਮੇਰੇ ਵੀਰੋ ਇੱਕ ਤੋਂ ਇੱਕ ਵੱਧ ਸੋਹਣਾ ਖੜਾ ਵੇਖਦੇ ਹਾਂ ਕਿਹੜਾ ਮੁਕਾਬਲਾ ਹੁੰਦਾ ਕੰਨੀ ਵਾਲੇ ਨਾਲ ਮੁਕਾਬਲਾ ਕਰਕੇ ਨੌਜਵਾਨ ਪੁਆਇੰਟ ਆਪਣੀ ਟੀਮ ਦੇ ਖਾਤੇ ਜੋੜਦਾ ਜਾਂ ਨਹੀਂ ਲੇਕਿਨ ਅਫੀਸ਼ਲ ਦਾ ਇਸ਼ਾਰਾ ਕਿ ਪੁਆਇੰਟ ਇਰਾਨ ਦੇ ਖਾਤੇ ਜੁੜਿਆ ਇਹ ਪੁਆਇੰਟ ਸਕਾਟਲੈਂਡ ਦੇ ਖਾਤੇ ਜੁੜਿਆ
ਚੱਲ ਵੀ ਸੋਹਣਿਆ ਪਾ ਕਬੱਡੀ ਇਹ ਟੇਕ ਢੇਰੀਆਂ ਨੂੰ ਮਥਾ ਸ਼ੇਰ ਚੱਲ ਪਿਆ ਕਿਸੇ ਚਮਾਂ ਵਿੱਚੋਂ ਇੱਕ ਨੂੰ ਹੱਥ ਲਾਉਣੇ ਅੱਜ ਹੋਣਗੀਆਂ ਤਾਂ ਰੌਣ ਵਿੱਚ ਟੱਕਰਾਂ ਖੜੇ ਕਰੀ ਤੇ ਕਸੂਰਾਂ ਜਾਣ ਪਾਉਣੇ ਬਲਾਲ ਅਸਲਮ ਗਿੱਲ ਜਿਹਨੇ ਇਸ ਵੇਲੇ ਰੋਪੜੀਆ ਜਨਰਲ ਆਇਆ ਇਹ ਕਹਿੰਦਾ ਚਾਬੀ ਦਿਲਾ ਦੇ ਜਾਨੀ ਰਹਿ ਗਏ ਔਰ ਬਹੁਤ ਹੀ ਤਕੜਾ ਜਥਾ ਮੈਦਾਨ ਦੇ ਵਿੱਚ ਕਸ਼ਮ ਕਸ਼ ਜਾਰੀ ਆ ਔਰ ਜ਼ੋਰ ਨਜ਼ਰ ਨੇ ਤੀਸ ਕਰਦਾ ਸਮਾਂ ਹੱਥਾਂ ਦੇ ਵਿੱਚੋਂ ਨਿਕਲਦਾ ਜਾ ਰਿਹਾ ਲੇਕਿਨ ਅਰਾਨੀ ਕਬੱਡੀ ਇਸ ਵੇਲੇ ਕੁਆਇਟ ਦਾ ਵਾਧਾ ਕੱਢ ਗਿਆ ਫਜ਼ਲੇ ਹੱਕ ਗੁੱਜਰ ਦਾ ਇਸ਼ਾਰਾ ਕਿ ਕੁਆਇਟ ਧਾਵੇ ਦੇ ਕੱਢ ਗਿਆ।